ਪਿੰਡਾਂ ਦੇ ਵਿੱਚ ਇਹਨੇ ਦਲਾਲ ਛੱਡੇ ਹੋਏ ਨੇ, ਵਿਚੋਲੇ ਛੱਡੇ ਹੋਏ ਨੇ, ਜਿਹੜੇ ਖੇਤ ਮਜ਼ਦੂਰਾਂ ਤੋਂ 15-15, 20-20 ਹਜ਼ਾਰ ਰੁਪਇਆ ਇਸ ਗੱਲ ਦਾ ਲੈਂਦੇ ਨੇ ਕਿ ਜੇ ਪਹਿਲਾਂ ਪਵਾਉਣੇ ਆ ਤਾਂ ਫਿਰ ਤੁਹਾਨੂੰ 20 ਹਜ਼ਾਰ ਰੁਪਇਆ ਦੇਣਾ ਪਊਗਾ। ਇਹ ਜਦੋਂ ਦੀ ਮਾਨ ਸਰਕਾਰ ਆਈ ਆ ਇਹਨੇ ਤਾਂ ਅੱਜ ਤੱਕ ਮਜ਼ਦੂਰਾਂ ਦੇ ਜਿਹੜੇ ਮਜ਼ਦੂਰ ਸ਼ਬਦ ਕਹਿਣਾ ਉਹਨੂੰ ਮਨਾਹੀ ਸਮਝਿਆ ਹੋਇਆ, ਪਾਪ ਸਮਝਦਾ ਵੀ ਜੇ ਮੈਂ ਮੂੰਹ ਤੋਂ ਕੋਈ ਸ਼ਬਦ ਕਾ ਇਹ ਕਹਿਤਾ ਵੀ ਮਜ਼ਦੂਰਾਂ ਨੂੰ ਆਹ ਚੀਜ਼ ਦੇਣੀ ਆ, ਜਿਹੜੇ ਉਹ ਮਜ਼ਦੂਰਾਂ ਤੇ ਬੋਲਣਾ ਹੀ ਪਾਪ ਸਮਝ ਰਿਹਾ। ਸਾਡੇ ਤੁਸੀਂ ਹਰੇਕ ਪਿੰਡ 'ਚ ਜਾਓਗੇ ਤੇ 15 ਘਰ ਤੁਹਾਨੂੰ ਉਹੋ ਜਿਹੇ ਮਿਲਣਗੇ ਜਦੋਂ ਵੀ ਕਦੋਂ ਵੀ ਉਹਨਾਂ ਦੀ ਛੱਤ ਦੇ ਕੇ ਉਹਨਾਂ ਦੇ ਪਰਿਵਾਰ ਥੱਲੇ ਆ ਕੇ ਮਰ ਸਕਦੇ। ਪਿੰਡਾਂ ਦੀ ਜਿਹੜੇ ਸਰਪੰਚ ਨੇ ਉਹ ਜ਼ਿਆਦਾ ਕਰਕੇ ਸਾਡੇ ਖੇਤ ਮਜ਼ਦੂਰਾਂ ਨੂੰ ਖੱਜਲ ਖੁਆਰੀ ਕਰ ਰਹੇ ਨੇ, ਜਿਹੜੇ ਉਹਨਾਂ ਦੀ ਲੱਤ ਥੱਲੇ ਲੰਘਦੇ ਆ ਉਹਨਾਂ ਨੂੰ ਉਹ ਮਾੜਾ ਮੋਟਾ ਹੱਥ ਝਾੜਦੇ ਆ, ਜਿਹੜੇ ਨਹੀਂ ਲੱਗਦੇ ਉਹਨਾਂ ਤੋਂ ਈਨ ਮਨਾਉਂਦੇ ਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਅੱਜ ADC ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ। ਤਾਂ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾਉਣੇ ਆ ਕਿ ਵੱਡੀ ਗਿਣਤੀ ਦੇ ਵਿੱਚ ਜੋ ਮਜ਼ਦੂਰ ਆ ਇੱਥੇ ਪਹੁੰਚੇ ਹੋਏ ਨੇ, ADC ਦਫ਼ਤਰ ਦੇ ਬਿਲਕੁਲ ਸਾਹਮਣੇ ਬੈਠੇ ਹੋਏ ਨੇ, ਧਰਨਾ ਲਗਾਇਆ ਹੋਇਆ, ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਦੇ ਆ। ਕੀ ਮੰਗਾਂ ਨੇ, ਕਿਉਂ ਧਰਨਾ ਲਗਾਇਆ ਹੋਇਆ ਵੀਰ ਜੀ, ਕੀ ਮੰਗਾਂ ਨੇ, ਕਿਉਂ ਧਰਨਾ ਲਗਾ ਕੇ ਅੱਜ ADC ਦਫ਼ਤਰ ਸਾਹਮਣੇ ਬੈਠੇ ਹੋ? ਅੱਜ ਸਾਡੀਆਂ ਮੰਗਾਂ ਖੇਤ ਮਜ਼ਦੂਰਾਂ ਦੀਆਂ ਉਹ ਮੰਗਾਂ ਨੇ ਜਿਹੜੀਆਂ 2021 ਤੇ 22 ਦੇ ਵਿੱਚ ਜਦੋਂ ਬਾਰਿਸ਼ਾਂ ਆਈਆਂ ਸੀ ਮਜ਼ਦੂਰਾਂ ਦੇ ਕਮਰੇ ਡਿੱਗ ਪਏ ਸੀ, ਪਰ ਉਦੋਂ ਬਾਅਦ ਉਹਨਾਂ ਨੂੰ ਲਿਸਟਾਂ ਦੇ ਵਿੱਚ ਸ਼ਾਮਲ ਕਰ ਲਿਆ ਸੀ, ਪਰ ਅੱਜ ਤੱਕ ਖੇਤ ਮਜ਼ਦੂਰਾਂ ਨੂੰ ਕਿਸੇ ਨੂੰ ਕਮਰੇ ਪਾ ਕੇ ਦੇਣ ਦੀ ਕੋਈ ਇਹਨਾਂ ਦੀ ਅਗਲੀ ਨੀਤੀ ਹੈ ਨਹੀਂ। ਜਿਹੜੀਆਂ ਵੀ ਸਾਡੇ ਖੇਤ ਮਜ਼ਦੂਰਾਂ ਦੇ ਲਿਸਟਾਂ 'ਚ ਨਾ ਆਏ ਹੋਏ ਨੇ ਉਹ ਪਿੰਡਾਂ ਦੇ ਸਰਪੰਚ ਜਿਹੜੀ ਮਿਲੀ ਭੁਗਤ ਦੇ ਨਾਲ ਇੱਥੋਂ ਦੀ ਅਫਸਰਸ਼ਾਹੀ ਦੀ, ਇੱਥੋਂ ਦੇ ਵੀਡੀਓ ਦੇ ਰਾਹੀਂ, ਇੱਥੋਂ ਦੇ ਨਰੇਗਾ ਸੈਕਟਰੀਆਂ ਦੇ ਰਾਹੀਂ, ਜਾਣੇ ਇੱਕ ਸਾਨੂੰ ਇਹ ਵੀ ਪਤਾ ਲੱਗਿਆ ਕਿ ਪਿੰਡਾਂ ਦੇ ਵਿੱਚ ਇਹਨਾਂ ਨੇ ਦਲਾਲ ਛੱਡੇ ਹੋਏ ਨੇ, ਵਿਚੋਲੇ ਛੱਡੇ ਹੋਏ ਨੇ, ਜਿਹੜੇ ਖੇਤ ਮਜ਼ਦੂਰਾਂ ਤੋਂ 15-15, 20-20 ਹਜ਼ਾਰ ਰੁਪਇਆ ਇਸ ਗੱਲ ਦਾ ਲੈਂਦੇ ਨੇ ਕਿ ਜੇ ਪਹਿਲਾਂ ਪਵਾਉਣੇ ਆ ਤਾਂ ਫਿਰ ਤੁਹਾਨੂੰ 20 ਹਜ਼ਾਰ ਰੁਪਇਆ ਦੇਣਾ ਪਊਗਾ। ਜਾਣੇ ਉਹ ਮਜ਼ਬੂਰੀ ਬਸ ਖੇਤ ਮਜ਼ਦੂਰ ਉਹਨਾਂ ਨੂੰ ਜਿਹੜੇ ਵਿਚੋਲੇ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਛੱਡੇ ਹੋਏ, ਉਹ 20-20 ਹਜ਼ਾਰ ਰੁਪਇਆ ਉਹਨਾਂ ਨੂੰ ਉਹ ਦੇਣਾ ਪੈ ਰਿਹਾ, ਦੇ ਰਹੇ ਆ, ਪਰ ਡਰਦੇ ਹੋਏ ਇਸ ਗੱਲ ਤੋਂ ਵੀ ਯਾਰ ਸਾਡਾ ਕਮਰਾ ਨਾ ਕਟਾ ਦੇਣ, ਸਾਨੂੰ ਕਮਰਾ ਨਹੀਂ ਮਿਲਣਾ। ਜਿਹੜੇ ਉਹ ਇਸ ਗੱਲ ਕੇ ਮੂੰਹ ਨਹੀਂ ਖੋਲ ਰਹੇ, ਪਰ ਉਹ ਗੱਲਾਂ ਆ ਰਹੀਆਂ ਨੇ ਵੀ ਭਾਈ ਇਹ ਇੰਨੇ ਨੇ ਪੈਸੇ ਖੇਤ ਮਜ਼ਦੂਰ ਤੋਂ ਰਿਸ਼ਵਤ ਲਈ ਜਾ ਰਹੀ ਆ। ਇਹ ਜਿਹੜੀ ਹਾਲਤ ਨੇ ਇਹ ਸਰਪੰਚਾਂ ਦੇ ਗੇੜਾ ਵਾਲਿਆਂ ਨੂੰ ਦਵਾ ਰਹੇ ਨੇ। ਇੱਕ ਪਾਸੇ ਅਫਸਰਸ਼ਾਹੀ ਕਹਿੰਦੀ ਵੀ ਤੁਹਾਡੇ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨੇ ਇਹ ਲਿਸਟ ਜਿਹੜੀ ਬਣ ਗਈ ਇਹਦੇ 'ਚ ਨਹੀਂ ਕੱਟਿਆ ਜਾਣਾ, ਪਰ ਇੱਕ ਪਾਸੇ ਬਹੁਤ ਵੱਡੀ ਗਿਣਤੀ ਆ ਉਹ ਆ ਜਿਹੜੀ ਵੱਡਾ ਟੁੱਕੀ ਕਰਕੇ ਇਹਨਾਂ ਨੇ ਆਪਦੇ ਗੇੜਾ ਵਾਲਿਆਂ ਨੂੰ ਕਮਰੇ ਦੇ ਤੇ। ਦੂਜੇ ਸਾਡੇ ਉਹ ਪਰਿਵਾਰ ਆ ਜਿਨ੍ਹਾਂ ਨੇ, ਜੇ ਤੁਸੀਂ ਕਿਤੇ ਪਿੰਡ ਆਓ ਤਾਂ ਅਸੀਂ ਤੁਹਾਨੂੰ ਦਿਖਾਈਏ ਵੀ ਕਿਵੇਂ ਆ ਪਰਿਵਾਰਾਂ ਦੀ ਹਾਲਤ। ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਕਾਰਵਾਈ ਵੀ ਕੀਤੀ ਜਾਂਦੀ ਆ, ਬਖਸ਼ਿਆ ਨਹੀਂ ਜਾਊਗਾ ਸਰਕਾਰ ਵੱਲੋਂ ਕਿਹਾ ਗਿਆ, ਤੁਸੀਂ ਕਿਸੇ ਅਧਿਕਾਰੀ ਦੇ ਨੋਟਿਸ 'ਚ ਨਹੀਂ ਲਿਆਂਦਾ ਗਾ ਵੀ ਸਾਡੇ ਪਿੰਡ ਆ ਕੁਛ ਹੋ ਰਿਹਾ, 20 ਹਜ਼ਾਰ ਰੁਪਇਆ ਮੰਗਿਆ ਜਾ ਰਿਹਾ? ਦੇਖੋ ਨਾ, ਜਿਹਨਾਂ ਨੇ ਮਜਬੂਰੀ ਵਸ ਕੇ ਜਿਹਨਾਂ ਨੂੰ ਅੱਜ 1,20,000 ਮਿਲਣਾ, ਜੇ ਉਹਨੂੰ ਐਂ ਲੱਗਦਾ ਵੀ ਯਾਰ ਜੇ ਮੈਨੂੰ 1,00,000 ਮਿਲ ਜੇ ਤਾਂ ਫਿਰ ਆਪਾਂ ਨੂੰ 1,00,000 ਹੀ, ਜਿਵੇਂ ਕਹਿੰਦੇ ਨੀ ਦਿੰਦੇ ਵੀ ਯਾਰ ਸਰਕਾਰੋਂ ਤੇਲ ਮਿਲਿਆ ਤਾਂ ਜੁੱਤੀ ਦੀ ਪਵਾ ਲਓ। ਹੁਣ ਬੰਦੇ ਗਲਤ ਤਾਂ ਗਲਤ ਹੀ ਆ ਨਾ, ਜੋ ਚੀਜ਼ ਗਲਤ ਹੋ ਰਹੀ ਆ ਉਹ ਜਾਣੀ ਤਾਂ ਚਾਹੀਦੀ ਆ। ਮੈਨੂੰ ਇਹ ਲੱਗਦਾ ਵੀ ਨਹੀਂ ਇੱਥੇ ਹਜੇ ਤੱਕ ਕੁਛ ਹੋ ਰਿਹਾ, ਇਹ ਸਾਰਾ ਚੱਲ ਰਿਹਾ ਨੇ ਅੰਦਰ ਖਾਤੇ ਚੱਲ ਰਿਹਾ ਨੇ। ਕਾਰਨ ਕੀ, ਕਿਉਂ ਨਹੀਂ ਹੁੰਦਾ ਪਿਆ, ਕਿਉਂ ਸਾਹਮਣੇ ਕਿਉਂ ਨਹੀਂ ਆਉਂਦੇ ਲੋਕ? ਕਿਉਂਕਿ ਸਾਹਮਣੇ ਦੇਖ ਤਾਂ ਉਹਨਾਂ ਨੂੰ ਉਹ ਲਾਲਚ ਆ ਵੀ ਯਾਰ ਜੇ ਅਸੀਂ ਮੂੰਹ ਖੋਲਤਾ ਤਾਂ ਸਾਨੂੰ ਕਮਰਾ ਨਹੀਂ ਮਿਲਣਾ। ਲੋਕਾਂ ਦੀ ਗਲਤੀ ਹੋਈ ਨਾ, ਫਿਰ ਸਰਕਾਰ ਦੇ ਜੇ ਧਿਆਨ ਚ ਆਊਗਾ ਤਾਂ ਸਰਕਾਰ ਕਾਰਵਾਈ। ਦੋਨੇ ਗੱਲਾਂ ਨੇ ਨਾ, ਜਿਹੜੇ ਇਹ ਇਹਨਾਂ ਥੱਲੇ ਵਿਚੋਲੇ ਛੱਡੇ ਹੋਏ ਨੇ, ਸੈਟਰੀਆਂ ਨੇ ਛੱਡੇ ਹੋਏ ਨੇ, ਵੀਡੀਓ ਨੇ ਛੱਡੇ ਹੋਏ ਨੇ, ਕਿਉਂਕਿ ਇਹਨਾਂ ਦਾ ਇਹ ਹਿੱਸਾਪੱਤੀ ਨੇ ਸਾਰਿਆਂ ਦਾ, ਹਿੱਸਾਪੱਤੀ ਕਰਕੇ ਉਹ ਸਾਰਾ ਕੁਝ ਚੱਲ ਰਿਹਾ ਨੇ, ਉਹ ਅੰਦਰ ਖਾਤੇ ਸਾਰਾ ਕੁਝ ਹੋ ਰਿਹਾ ਨੇ, ਇਸ ਕਰਕੇ ਵੀ ਜਿਹੜੀ ਉਹ ਤਾਂ ਚੱਲ ਰਿਹਾ। ਇਵੇਂ ਹੀ ਸਾਡੇ ਮਜ਼ਦੂਰਾਂ ਦੀ ਅੱਜ ਹਾਲਤ ਕੀ ਆ ਕਿ ਉਹਨਾਂ ਦੇ ਡਿਪੂਆਂ ਤੇ ਹਾਲਤ ਕੀ ਆ, ਮੰਨ ਲਓ ਸਾਨੂੰ ਧੁੱਗੇ ਚੋਂ 5 ਕਿਲੋ ਦਾਣੇ ਦਿੰਦੇ ਸੀ ਤੇ ਅੱਜ ਉਹ ਵੀ ਵੱਡੀ ਗਿਣਤੀ ਖੇਤ ਮਜ਼ਦੂਰਾਂ ਦੇ ਕੱਟਤੇ, ਹੋਰ ਸਾਡੇ ਕੋਲ ਰੁਜ਼ਗਾਰ ਹੈ ਨਹੀਂ, ਧੰਦਾ ਹੈ ਨਹੀਂ, ਕੰਮ ਹੈ ਨਹੀਂ, ਸਾਡੇ ਮਜ਼ਦੂਰਾਂ ਕੋਲ ਕੱਲ ਕੋਈ 5 ਕਿਲੋ ਦਾਣੇ ਮਿਲ ਜਾਂਦੇ ਸੀ ਉਹ ਵੀ ਇਹਨਾਂ ਨੇ ਕੱਟਤੇ। ਇਸ ਕਰਕੇ ਬਹੁਤ ਸਾਰੀਆਂ ਖੇਤ ਮਜ਼ਦੂਰਾਂ ਦੀਆਂ ਉਹ ਮੰਗਾਂ ਨੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਨਾਲ ਅਸਰ ਜੁੜਿਆ ਹੋਇਆ, ਸਾਡੇ ਜਿਉਂਦੇ ਰਹਿਣ ਨਾਲ ਅਸਰ ਜੁੜਿਆ ਹੋਇਆ। ਜਿਹੜੇ ਸਾਨੂੰ ਸਰਕਾਰ, ਇਹ ਜਦੋਂ ਦੀ ਮਾਨ ਸਰਕਾਰ ਆਈ ਆ ਇਹਨੇ ਤਾਂ ਅੱਜ ਤੱਕ ਮਜ਼ਦੂਰਾਂ ਦੇ ਜਿਹੜੇ ਮਜ਼ਦੂਰ ਸ਼ਬਦ ਕਹਿਣਾ ਉਹਨੂੰ ਮਨਾਹੀ ਸਮਝਿਆ ਹੋਇਆ, ਪਾਪ ਸਮਝਦਾ ਵੀ ਜੇ ਮੈਂ ਮੂੰਹ ਤੋਂ ਕੋਈ ਸ਼ਬਦ ਕਾ ਇਹ ਕਹਿਤਾ ਵੀ ਮਜ਼ਦੂਰਾਂ ਨੂੰ ਆਹ ਚੀਜ਼ ਦੇਣੀ ਆ, ਜਾਣੇ ਉਹ ਮਜ਼ਦੂਰਾਂ ਤੇ ਬੋਲਣਾ ਹੀ ਪਾਪ ਸਮਝ ਰਿਹਾ, ਸਾਨੂੰ ਦੇਣਾ ਤੇ ਇਸ ਮਾਨ ਸਰਕਾਰ ਨੇ। ਕਿੰਨੇ ਕੁ ਘਰ ਆ ਜੋ ਮੰਨ ਲਓ ਵੀ ਬੰਨ ਵਾਲੇ ਪਏ ਹੈਗੇ ਆ ਜਾਂ ਲਿਸਟਾਂ ਦੇ ਵਿੱਚ ਨਾ ਹੈਗੇ ਆ, ਕਿੰਨੇ?
ਸਾਡੇ ਤੁਸੀਂ ਹਰੇਕ ਪਿੰਡ 'ਚ ਜਾਓਗੇ ਤੇ 15 ਘਰ ਤੁਹਾਨੂੰ ਉਹੋ ਜਿਹੇ ਮਿਲਣਗੇ ਜਦੋਂ ਵੀ ਕਦੋਂ ਵੀ ਉਹਨਾਂ ਦੀ ਛੱਤ ਦੇ ਕੇ ਉਹਨਾਂ ਦੇ ਪਰਿਵਾਰ ਥੱਲੇ ਆ ਕੇ ਮਰ ਸਕਦੇ। 15 ਪਿੰਡਾਂ ਦਾ ਹੁਣ ਤੁਸੀਂ ਮਸਲਾ ਚੁੱਕਿਆ, ਅਸੀਂ ਕੁੱਲ ਜ਼ਿਲ੍ਹੇ ਦੀ ਗੱਲ ਕਰਦੇ ਆ ਤੇ ਅੱਜ ਜਿਹੜੇ ਆਏ ਸਾਡੇ ਕੋਲ ਚਾਹੇ ਅਸੀਂ 5-7 ਪਿੰਡਾਂ 'ਚੋਂ ਉਹਨਾਂ 'ਚੋਂ ਫੌਰੀ ਲੈ ਕੇ ਆਏ ਵੀ ਜਿਨ੍ਹਾਂ ਦੀ ਕਦੇ ਵੀ ਕਮਰਾ ਡਿੱਗ ਕੇ ਮੌਤ ਹੋ ਸਕਦੀ, ਕਿਉਂਕਿ ਬਾਰਿਸ਼ਾਂ ਉਹਨਾਂ ਦੇ ਜਿਹੜੇ ਸ਼ੁਰੂ ਹੋਣ ਵਾਲੀਆਂ ਨੇ। ਇਹਨਾਂ ਦਿਨਾਂ 'ਚ ਛੱਤਾਂ ਡਿੱਗ ਕੇ ਤੁਸੀਂ ਦੇਖਿਆ ਨੇ ਕਿੰਨੇ ਪਰਿਵਾਰਾਂ 'ਤੇ ਛੱਤਾਂ ਡਿੱਗ ਪਈਆਂ ਅਖਬਾਰਾਂ 'ਚ, ਉਹ ਆ ਰਿਹਾ ਵੀ ਭਾਈ ਕਿਵੇਂ ਕਮਰੇ ਡਿੱਗ ਕੇ ਮਜ਼ਦੂਰਾਂ ਦੀ ਮੌਤ ਹੋ ਰਹੀ ਹੈ। ਸੋ ਸਾਡੀ ਪ੍ਰਸ਼ਾਸਨ ਆ ਨੂੰ ਬੇਨਤੀ ਆ ਵੀ ਇੱਕ ਤਾਂ ਜਿਹੜੀ ਪਿੰਡਾਂ 'ਚ ਹੇਰਾ ਫੇਰੀਆਂ ਆਪਦੀ ਚਹੇਤਿਆਂ ਨੂੰ ਦੇ ਕੇ ਤੇ ਅਸਲ ਮਜ਼ਦੂਰਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ, ਉਹ ਬੰਦ ਕੀਤਾ ਜਾਵੇ। ਜਿਹੜੇ ਲੋੜਵੰਦ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਮਰੇ ਪਾ ਕੇ ਦਿੱਤੇ ਜਾਣ, ਜਿਹੜੇ ਲਿਸਟਾਂ 'ਚ ਛੱਡਤੇ ਆ ਉਹਨਾਂ ਨੂੰ ਲਿਸਟਾਂ 'ਚ ਸ਼ਾਮਿਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਕੋਈ ਜ਼ਿਲ੍ਹੇ ਦੀਆਂ ਕੋਈ ਵੱਡਾ ਪ੍ਰੋਗਰਾਮ ਲੀਕ ਕੇ ਇੱਥੇ ਕੋਈ ਲਗਾਤਾਰ ਵਾਲਾ ਬਣਾਉਣ ਵਾਸਤੇ ਮਜਬੂਰ ਹੋਵਾਂਗੇ। ਪਿੰਡਾਂ ਦੀ ਜਿਹੜੇ ਸਰਪੰਚ ਨੇ ਉਹ ਜ਼ਿਆਦਾ ਕਰਕੇ ਸਾਡੇ ਖੇਤ ਮਜ਼ਦੂਰਾਂ ਨੂੰ ਖੱਜਲਖਵਾਰੀ ਕਰ ਰਹੇ ਨੇ, ਜਿਹੜੇ ਉਹਨਾਂ ਦੀ ਲੱਤ ਥੱਲੇ ਲੰਘਦੇ ਆ ਉਹਨਾਂ ਨੂੰ ਉਹ ਮਾੜਾ ਮੋਟਾ ਹੱਥ ਝਾੜਦੇ ਆ, ਜਿਹੜੇ ਨਹੀਂ ਲੱਗਦੇ ਉਹਨਾਂ ਤੋਂ ਇਹ ਨੂੰ ਮਨਾਉਂਦੇ ਆ। ਕਿੰਨਾ ਟਾਈਮ ਹੋ ਗਿਆ ਬੈਠੇ ਨੇ? ਸਾਨੂੰ ਲਗਭਗ 2 ਘੰਟੇ ਡੂਢ ਹੋ ਗਿਆ। ਕੋਈ ਅਧਿਕਾਰੀ ਆਇਆ ਗੱਲਬਾਤ ਹੋਈ? ਫਿਲਹਾਲ ਕੋਈ ਨਹੀਂ ਆਇਆ, ਅਸੀਂ ਵੇਟ ਕਰ ਰਹੇ ਹਾਂ ਵੀ ਜੇ ਕੋਈ ਅਧਿਕਾਰੀ ਆਉਂਦਾ ਚੰਗਾ, ਨਹੀਂ ਫਿਰ ਕੋਈ ਅਗਲਾ ਐਕਸ਼ਨ ਲੈਣ ਵਾਸਤੇ ਮਜਬੂਰ ਹੋਵਾਂਗੇ। ਜੇਕਰ ਗੱਲ ਨਹੀਂ ਸੁਣੀ ਜਾਂਦੀ ਹਾਂ ਫਿਰ ਅਗਲਾ ਐਕਸ਼ਨ ਲੈਣ ਵਾਸਤੇ ਕੋਈ ਮਜਬੂਰ ਹੋਵਾਂ। ਜ਼ਰੂਰ ਖੇਤ ਮਜ਼ਦੂਰ ਦੇ ਪ੍ਰਧਾਨ ਸਾਡੇ ਨਾਲ ਸੀਗੇ, ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਮੰਗਣ ਨਹੀਂ ਮੰਨਦੀ ਜਾਂ ਕੋਈ ਅਧਿਕਾਰੀ ਇੱਧਰ ਧਿਆਨ ਨਹੀਂ ਦਿੰਦਾ ਤਾਂ ਸਾਨੂੰ ਕੋਈ ਵੱਡਾ ਐਕਸ਼ਨ ਲੈਣ ਦੇ ਲਈ ਮਜਬੂਰ ਹੋਣਾ ਪਊਗਾ। ਹੁਣ ਦੇਖਣ ਵਾਲਾ ਹੋਵੇਗਾ ਕਿ ਕਦ ਅਧਿਕਾਰੀ ਇਹਨਾਂ ਵੱਲ ਧਿਆਨ ਦਿੰਦੇ ਆ। ਜੋ ਇਹਨਾਂ ਦੀਆਂ ਮੰਗਾਂ ਨੇ, ਜੋ ਇਹਨਾਂ ਦਾ ਕਹਿਣਾ ਹੈ ਕਿ ਘਰ ਸਾਡੇ ਡਿੱਗਣ ਤੇ ਪਏ ਨੇ ਪਰ ਸਾਡੀ ਗੱਲ ਸੁਣੀ ਨਹੀਂ ਜਾਂਦੀ, ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਵੀ ਚੱਲ ਰਿਹਾ ਜਿਸ ਦੇ ਕਾਰਨ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਤੇ ਸਾਡੀ ਗੱਲ ਸੁਣੀ ਨਹੀਂ ਜਾ ਰਹੀ। ਵੇਖਣ ਵਾਲਾ ਸਮਾਂ ਹੋਏਗਾ ਕਦ ਗੱਲ ਸੁਣੀ। ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ।